अजीत वैब टीवी देखने वाले सारे दर्शकों का स्वागत है। मैं हाँ स्वर्ण सिंह टैणा। दोस्तों असी इस प्रोग्राम के तहत जिहड़े कि वख-वख राजनीतिक लोगों के नाल उन्हां दी शख्सियत दे नाल प्राप्तियां दे नाल चुनौतियों दे नाल जुड़े हुए प्रोग्राम ने उन्हां दे तहत बहुत सारे लोगों के नाल सज्जणा नाल गलबात कराई है। अज साडे स्टूडियो दे विच नरेश गुजराल जी पहुँचे ने। इस वक्त अकाली दल भाजपा गठजोड़ की नुमाइंदगी भी करते हैं। इस वक्त अकाली दल के वलों राज्यसभा के मैंबर भी ने। इन तो असी यह जाणांगे कि मौजूदा सरकार दियां 10 साल दियां की प्राप्तियां रहियां ने, किहो जिहियां चुनौतियां का सामना करना पै रहा, किस तरीके दे नाल अज की तरीक दे विच जो सत्ताधारी गठजोड़ की सरकार है उन्हों उम्मीद है कि किन्नियां कु सीटां दे उत्ते जित हासिल हो सकती है, किवें किवें इन्हां ने चोण सरगर्मियां विढ़ियां होईयां ने, क्योंकि हर रोज़ लोगों के जाके विचरन वाले ये आगू ने। 4 तरीक की उड़ीक सब नूं है, उस दिन सब ने नवी सरकार की किस्मत का फैसला करना। सब तो पहला स्वागत करने जी तुहाडा नरेश जी, सब तो पहला साडा ये सवाल है कि 10 साल ਦੀ ਸਰਕਾਰ ਦੀਆਂ ਪ੍ਰਾਪਤੀਆਂ ਕੀ ਆ, ਉਹ ਪ੍ਰਾਪਤੀਆਂ ਜਿਹੜੀਆਂ ਤੁਸੀਂ ਉਂਗਲਾਂ ਦੇ ਪੋਟਿਆਂ ਦੇ ਉੱਤੇ ਗਿਣਾ ਸਕਦੇ ਹੋਵੋਗੇ, ਬੇਸ਼ੱਕ ਵਿਰੋਧੀ ਉਹਨਾਂ ਦੇ ਬਾਬਤ 100 ਤਰ੍ਹਾਂ ਦੀਆਂ ਗੱਲਾਂ ਕਰਦੇ ਹੋਣ, ਪਰ ਕਿਉਂਕਿ ਤੁਸੀਂ ਉਸ ਸਰਕਾਰ ਦਾ ਇੱਕ ਹਿੱਸਾ ਹੋ, ਰਾਜ ਸਭਾ ਦੇ ਮੈਂਬਰ ਹੋ, ਉਹ ਕਿਹੜੀਆਂ ਪਹਿਲੀਆਂ ਪ੍ਰਾਪਤੀਆਂ ਨੇ ਜਿਹੜੀਆਂ ਤੁਸੀਂ ਦੱਸਣੀਆਂ ਚਾਹੋਗੇ? ਤੁਸੀਂ ਬਹੁਤ ਚੰਗਾ ਸਵਾਲ ਕੀਤਾ ਹੈ। 10 ਸਾਲ ਪਹਿਲੇ ਦਾ ਨਜ਼ਾਰਾ ਯਾਦ ਰੱਖੋ। ਮੇਰੇ ਖਿਆਲ ਟੀਵੀ ਇੰਟਰਵਿਊ ਵੀ ਸਾਡੀ ਰਿਕਾਰਡ ਨਹੀਂ ਹੋ ਸਕਦੀ ਸੀ। 8-8 ਘੰਟੇ 10-10 ਘੰਟੇ ਬਿਜਲੀ ਨਹੀਂ ਹੁੰਦੀ ਸੀ, ਦੁਕਾਨਾਂ ਜਲਦੀ ਬੰਦ ਹੁੰਦੀਆਂ ਸੀ, ਸਕੂਲ ਜਲਦੀ ਬੰਦ ਹੋ ਜਾਂਦੇ ਸੀ, ਬਿਜਲੀ ਨਹੀਂ ਹੁੰਦੀ ਸੀ, ਕਾਰਖਾਨੇ ਬੰਦ ਹੋ ਜਾਂਦੇ ਸੀ। ਉਸ ਵੇਲੇ ਅਸੀਂ ਇੱਕ ਵਾਅਦਾ ਕੀਤਾ ਸੀ, ਅਸੀਂ ਪੰਜਾਬ ਨੂੰ ਬਿਜਲੀ ਵਿੱਚ ਸਰਪਲਸ ਬਣਾ ਦੇਵਾਂਗੇ। ਲੋਕ ਮਜ਼ਾਕ ਉਡਾਉਂਦੇ ਸੀ ਕਿ ਸਰਪਲਸ ਕਦੀ ਪੰਜਾਬ ਹੋ ਸਕਦਾ ਹੈ। ਅੱਜ ਪੰਜਾਬ ਬਿਜਲੀ ਵਿੱਚ ਸਰਪਲਸ ਹੈ। ਸਾਰੇ ਹਿੰਦੁਸਤਾਨ ਵਿੱਚ ਇੱਕੋ ਸੂਬਾ ਹੈ ਜਿੱਥੇ 24 ਘੰਟੇ ਬਿਜਲੀ ਹੈ, ਜਿੱਥੇ ਹਰ ਪਿੰਡ ਵਿੱਚ ਅਤੇ ਹਰ ਪਿੰਡ ਦੇ ਹਰ ਘਰ ਵਿੱਚ ਬਿਜਲੀ ਹੈ। ਮੈਂ ਕਹਿੰਦਾ ਇਹ ਗੱਲ ਕਦੀ ਇਮੈਜਿਨ ਵੀ ਨਹੀਂ ਕੀਤੀ ਜਾ ਸਕਦੀ ਸੀ ਕਿ ਪੰਜਾਬ ਇਹੋ ਜਿਹਾ ਹੋ ਜਾਏਗਾ। ਦੂਜੀ ਗੱਲ ਇਨਫਰਾਸਟ੍ਰਕਚਰ 'ਤੇ ਮੈਂ ਹੁਣ ਆਉਂਦਾ। ਪੰਜਾਬ ਦੀ ਰੋਡਸ 10 ਸਾਲ ਪਹਿਲੇ ਕੀ ਸੀ? ਹਾਈਵੇਜ਼, ਕਨੈਕਟੀਵਿਟੀ, ਲੈਂਡ ਲੋਕਡ ਸਟੇਟ ਹੈ, ਇੱਥੇ ਇੰਡਸਟਰੀ ਕਿਉਂ ਨਹੀਂ ਆਈ? ਸਾਡੇ ਕੋਲ ਬਿਜਲੀ ਨਹੀਂ ਸੀ, ਅਸੀਂ ਲੈਂਡ ਲੋਕਡ ਸੀ, ਸਮੁੰਦਰ ਸਾਡੇ ਕੋਲ ਹੈ ਨਹੀਂ, ਰੋਡ ਸਟਰਕਚਰ ਸਾਡਾ ਵਿਗੜਿਆ ਹੋਇਆ ਸੀ, ਏਅਰਪੋਰਟ ਸਾਡੇ ਕੋਲ ਇੱਕ ਅੰਮ੍ਰਿਤਸਰ ਸੀ, ਹੋਰ ਕੋਈ ਦੂਜਾ ਏਅਰਪੋਰਟ ਨਹੀਂ ਸੀ, ਉਹ ਵੀ ਉਸ ਵੇਲੇ ਇੰਟਰਨੈਸ਼ਨਲ ਨਹੀਂ ਸੀ। ਅੱਜ ਵੇਖੋ, ਅੱਜ ਜਿਹੜਾ ਰੋਡ ਨੈਟਵਰਕ ਅਸੀਂ ਬਣਾ ਦਿੱਤਾ ਹੈ, ਉਹ ਮੇਰੇ ਖਿਆਲ ਕੇਵਲ ਅਤੇ ਕੇਵਲ ਸ਼ਾਇਦ ਗੁਜਰਾਤ ਵਿੱਚ ਹੋਵੇ, ਐਸਾ ਰੋਡ ਨੈਟਵਰਕ ਸਾਰੇ ਹਿੰਦੁਸਤਾਨ ਵਿੱਚ ਨਹੀਂ ਹੈ। ਸਾਡੇ ਕੋਲ 2 ਇੰਟਰਨੈਸ਼ਨਲ ਏਅਰਪੋਰਟ ਆ ਗਏ ਨੇ, ਸਾਡੇ ਕੋਲ 5 ਡੋਮੈਸਟਿਕ ਏਅਰਪੋਰਟ ਆ ਗਏ ਨੇ, ਹੁਣ ਦੁਆਬੇ ਵਿੱਚ ਵੀ ਬਣਨ ਲੱਗਾ। ਇਹ ਤਾਂ ਹੋ ਗਈ ਡਿਵੈਲਪਮੈਂਟ ਦੀ ਗੱਲ। ਇੱਕ ਮੈਂ ਹੋਰ ਇਹਦੇ ਵਿੱਚ ਦੱਸਾਂਗਾ, ਇੱਕ ਫੈਸਲਾ ਹੋਰ ਕੀਤਾ ਸੀ, ਹਰ ਛੋਟੇ ਸ਼ਹਿਰ ਨੂੰ ਵੀ ਅਸੀਂ ਸੀਵਰੇਜ ਅਤੇ ਵਾਟਰ ਸਪਲਾਈ ਦੇਣੀ ਹੈ। ਕੰਮ ਚੱਲ ਰਿਹਾ, 2 ਮਹੀਨਿਆਂ ਦੇ ਅੰਦਰ ਅੰਦਰ ਲਗਭਗ 90 ਛੋਟੇ ਸ਼ਹਿਰਾਂ ਨੂੰ 100% ਸੀਵਰੇਜ ਅਤੇ 100% ਵਾਟਰ ਸਪਲਾਈ ਮਿਲ ਜਾਏਗੀ। ਇਹ ਕਦੀ ਸੋਚਿਆ ਸੀ ਕਿਸੇ ਨੇ? ਹੁਣ ਦੂਜੀ ਗੱਲ, ਜਿਸ ਵੇਲੇ ਬਾਦਲ ਸਾਹਿਬ ਇਲੈਕਸ਼ਨ ਲੜ ਰਹੇ ਸੀ, ਉਹ ਹਮੇਸ਼ਾ ਇੱਕ ਗੱਲ ਕਹਿੰਦੇ ਸੀ, ਪੰਜਾਬ ਵਿੱਚ ਬਹੁਤ ਗਰੀਬੀ ਹੈ ਹਲੀ ਵੀ। ਮੇਰੇ ਖਿਆਲ ਪੰਜਾਬ ਇੱਕ ਸੂਬਾ ਹੈ ਜਿੱਥੇ ਦਲਿਤ ਪਾਪੂਲੇਸ਼ਨ ਸਭ ਤੋਂ ਜ਼ਿਆਦਾ ਹੈ ਹਿੰਦੁਸਤਾਨ ਵਿੱਚ, 33%। ਅਤੇ ਉਹਨਾਂ ਦਾ ਹਮੇਸ਼ਾ ਵਿਚਾਰ ਰਿਹਾ ਕਿ ਸਰਕਾਰ ਦਾ ਫਰਜ਼ ਬਣਦਾ ਹੈ ਕਿ ਗਰੀਬ ਦਾ ਹੱਥ ਫੜੋ। ਉਸ ਵੇਲੇ ਅਸੀਂ ਆਟਾ ਦਾਲ ਸਕੀਮ ਸੋਚੀ ਸੀ, ਜਿਸ ਵੇਲੇ ਸਾਰੇ ਹਿੰਦੁਸਤਾਨ ਵਿੱਚ ਕਿਸੇ ਨੇ ਨਹੀਂ ਸੋਚਿਆ ਸੀ। ਅੱਜ 50 ਲੱਖ ਲੋਕਾਂ ਕੋਲ ਨੀਲਾ ਕਾਰਡ ਹੈ, ਜਿਹਨ ਆਟਾ ਦਾਲ ਇਹਦੇ ਵਿੱਚ ਅਸੀਂ ਦਿੰਦੇ ਹਾਂ। ਹੁਣ ਸਾਡਾ ਮੈਨੀਫੈਸਟੋ ਆ ਗਿਆ, ਅਸੀਂ ਇਹ ਫੈਸਲਾ ਕੀਤਾ, ਉਹਦੇ ਨਾਲ ਨਾਲ ਖੰਡ ਵੀ ਦੇਵਾਂਗੇ ਅਤੇ ਘਿਓ ਵੀ ਦੇਵਾਂਗੇ। ਮੇਰਾ ਇੱਕ ਸਵਾਲ ਇਹਦੇ ਨਾਲ ਹੀ ਜੁੜਿਆ ਹੋਇਆ, ਮੈਨੀਫੈਸਟੋ ਦੇ ਨਾਲ ਤੁਹਾਡੀ ਪਾਰਟੀ ਦੇ ਵੱਲੋਂ, ਤੁਹਾਡੀ ਭਾਈਵਾਲ ਪਾਰਟੀ ਭਾਜਪਾ ਦੇ ਵੱਲੋਂ ਵੀ ਵੱਖੋ ਵੱਖਰੇ ਮੈਨੀਫੈਸਟੋ ਜਿਹੜੇ ਜਾਰੀ ਹੋਏ ਨੇ। ਤੁਸੀਂ 25 ਰੁਪਏ ਕਿਲੋ ਘਿਓ ਦੇਣ ਦੀ ਗੱਲ ਵੀ ਕੀਤੀ ਹੈ, 10 ਰੁਪਏ ਕਿਲੋ ਖੰਡ ਦੇਣ ਦੀ ਗੱਲ ਵੀ ਕੀਤੀ ਹੈ, ਪਰ ਸਮਾਜ ਦਾ ਇੱਕ ਵਰਗ ਇਹ ਵੀ ਮੰਨਦਾ ਕਿ ਮੁਫਤ ਦੇ ਵਿੱਚ ਚੀਜ਼ਾਂ ਦੇਣ ਦੀ ਸ਼ਾਇਦ ਲੋੜ ਨਾ ਪਵੇ ਜੇਕਰ ਹਰ ਹੱਥ ਦੇ ਵਿੱਚ ਰੁਜ਼ਗਾਰ ਹੋਵੇ। ਬਿਲਕੁਲ ਤੁਸੀਂ ਠੀਕ ਹੈ, ਜੇ ਤੁਸੀਂ ਮੈਨੀਫੈਸਟੋ ਦੇ ਪੇਜ ਪਲਟੋ ਉਹ ਵੀ ਤੁਹਾਨੂੰ ਨਜ਼ਰ ਆਏਗਾ। ਹੁਣ ਜਿਹੜਾ ਸਾਰਾ ਸਭ ਤੋਂ ਵੱਡਾ ਕਮਿਟਮੈਂਟ ਹੈ ਕਿ ਅਸੀਂ 20 ਲੱਖ ਨੌਕਰੀਆਂ ਪੰਜਾਬ ਵਿੱਚ ਕ੍ਰੀਏਟ ਕਰਨੀਆਂ। ਹੁਣ ਤੁਸੀਂ ਪੁੱਛੋਗੇ ਉਹ ਕਿਸ ਤਰ੍ਹਾਂ ਹੋ ਸਕਦੀਆਂ ਜੀ, ਪਹਿਲੇ ਕਿਉਂ ਨਹੀਂ ਹੋਈਆਂ? ਬਿਲਕੁਲ, ਇਸ ਲਈ ਨਹੀਂ ਹੋਈਆਂ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ, ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਸੀ, ਸਾਡੇ ਕੋਲ ਬਿਜਲੀ ਨਹੀਂ ਸੀ, ਸਾਡੇ
ਪੜੋਸੀਆਂ ਨੂੰ ਸੈਂਟਰਲ ਗਵਰਨਮੈਂਟ ਨੇ ਟੈਕਸ ਕਨਸੈਸ਼ਨ ਦੇ ਦਿੱਤੀਆਂ ਸੀ, ਉੱਥੇ ਜੇ ਇੰਡਸਟਰੀ ਲਾਓ ਤਾਂ ਕੋਈ ਟੈਕਸ ਨਹੀਂ ਸੀ, ਇੱਥੇ ਇੰਡਸਟਰੀ ਲਾਓ ਤਾਂ ਟੈਕਸ ਸੀ, ਕਿਹਨੇ ਆਉਣਾ ਸੀ? ਹੁਣ ਉਹ ਖਤਮ ਹੋ ਗਿਆ, ਬਿਜਲੀ ਆ ਗਈ ਹੈ, ਇਨਫਰਾਸਟ੍ਰਕਚਰ ਬਣ ਗਿਆ। ਇਸੀ ਕਰਕੇ ਤੁਸੀਂ ਦੇਖ ਲਓ ਪਿਛਲੇ ਡੇਢ ਸਾਲ ਵਿੱਚ ਕਿੰਨੀ ਇੰਡਸਟਰੀ ਉੱਥੇ ਲੱਗਣੀ ਸ਼ੁਰੂ ਹੋ ਗਈ ਹੈ। ITC ਦਾ ਸਭ ਤੋਂ ਵੱਡਾ ਜਿਹੜਾ ਫੂਡ ਪ੍ਰੋਸੈਸਿੰਗ ਦਾ ਪਲਾਂਟ ਹੈ ਏਸ਼ੀਆ ਵਿੱਚ, ਉਹ ਕਪੂਰਥਲੇ ਲੱਗ ਰਿਹਾ। ਇਸੀ ਤਰ੍ਹਾਂ ਵੱਡੀ ਵੱਡੀ ਕੰਪਨੀਆਂ, ਭਾਵੇਂ ਇਨਫੋਸਿਸ ਕਹਿ ਲਓ, ਭਾਵੇਂ TCS ਕਹਿ ਲਓ, ਸਾਰੀ ਕੰਪਨੀਆਂ ਹੁਣ ਏਅਰਟੈੱਲ, ਰਿਲਾਇੰਸ, ਸਾਰੇ ਇੱਥੇ ਆ ਰਹੇ ਨੇ। ਕਿਉਂ? ਕਿਉਂਕਿ ਪੰਜਾਬ ਵਿੱਚ ਮਾਰਕੀਟ ਹੈ। ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਸੀ, ਸਾਡੇ ਕੋਲ ਬਿਜਲੀ ਨਹੀਂ ਸੀ, ਅਤੇ ਨਾਲ ਵਾਲਿਆਂ ਕੋਲ ਟੈਕਸ ਕਨਸੈਸ਼ਨਸ ਸੀਗੀਆਂ। ਹੁਣ ਲੈਵਲ ਪਲੇਇੰਗ ਫੀਲਡ ਹੋ ਗਈ ਹੈ, ਬਿਜਲੀ ਅਸੀਂ ਦੇ ਰਹੇ ਹਾਂ, ਈਜ਼ ਆਫ ਡੂਇੰਗ ਬਿਜ਼ਨਸ ਵਿੱਚ ਪੰਜਾਬ ਨੰਬਰ 1 'ਤੇ ਆਇਆ ਐਤਕੀ। ਸੋ ਇਸ ਕਰਕੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਹੜਾ ਕਮਿਟਮੈਂਟ ਅਸੀਂ ਕਰ ਰਹੇ ਹਾਂ ਕਿ ਅਸੀਂ 20 ਲੱਖ ਨੌਕਰੀਆਂ ਕ੍ਰੀਏਟ ਕਰਾਂਗੇ। ਅੱਛਾ, ਇੱਕ ਹੋਰ ਮੈਂ ਗੱਲ ਤੁਹਾਨੂੰ ਦੱਸਣਾ ਚਾਹਾਂਗਾ, ਅਸੀਂ ਸਿਰਫ ਨੌਕਰੀਆਂ ਨਹੀਂ ਕ੍ਰੀਏਟ ਕਰਨਾ ਚਾਹੁੰਦੇ, ਅਸੀਂ ਸੈਲਫ ਇੰਪਲੋਇਡ ਲੋਕਾਂ ਨੂੰ ਕ੍ਰੀਏਟ ਕਰਨਾ ਚਾਹੁੰਦੇ। ਦੇਖੋ, ਪੰਜਾਬੀ ਦੀ ਜ਼ਮੀਰ ਹਮੇਸ਼ਾ ਹੁੰਦੀ ਸੀ ਕਿ ਮੈਂ ਆਪ ਬਿਜ਼ਨਸਮੈਨ ਬਣਨਾ, ਮੈਂ ਨੌਕਰੀਆਂ ਦੇਣੀਆਂ, ਮੈਂ ਨੌਕਰੀ ਮੰਗਣ ਨਹੀਂ ਜਾਣਾ। ਹੁਣ ਸਾਡੀ ਪੋਲਿਸੀ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਜਿਹੜੇ ਆਪਣੇ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਕੋਲ ਪੈਸਾ ਨਹੀਂ, ਸਰਕਾਰ ਉਹਨਾਂ ਦੀ ਮਦਦ ਕਰੇਗੀ ਤਾਂ ਕਿ ਉਹ ਨੌਕਰੀਆਂ ਕ੍ਰੀਏਟ ਕਰਨ। ਤੁਸੀਂ ਗੱਲ ਕੀਤੀ ਹੈ ਕਿ ਤੁਹਾਡੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਵਿੱਚ ਸੜਕਾਂ ਨੂੰ ਬਣਾਉਣਾ ਵੀ ਸ਼ਾਮਿਲ ਹੈ, ਡੋਮੈਸਟਿਕ ਏਅਰਪੋਰਟ ਬਣਾਉਣੇ ਵੀ ਸ਼ਾਮਿਲ ਹੈ, ਤੁਸੀਂ ਨੀਲੇ ਕਾਰਡ ਵਾਲਿਆਂ ਨੂੰ ਆਟਾ ਦਾਲ ਵੀ ਮੁਹੱਈਆ ਕਰਵਾ ਰਹੇ ਹੋ, ਹੋਰ ਬੜੀਆਂ ਸਹੂਲਤਾਂ ਦੇਣ ਦੀ ਗੱਲ ਕੀਤੀ ਹੈ ਤੁਸੀਂ, ਸੜਕਾਂ ਦੇ ਨਾਲ ਨਾਲ ਪੁਲਾਂ ਦਾ ਨਿਰਮਾਣ ਕੀਤਾ ਗਿਆ, ਵੱਡੀਆਂ ਕੰਪਨੀਆਂ ਪੰਜਾਬ ਦੇ ਵਿੱਚ ਆਈਆਂ ਨੇ, ਪੈਸਾ ਨਿਵੇਸ਼ ਕਰ ਰਹੀਆਂ ਨੇ, ਪਰ ਫਿਰ ਵੀ ਉਹ ਕਿਹੜੇ ਕਾਰਨ ਜਿਹਦੇ ਕਰਕੇ ਚੋਣਾਂ ਦੇ ਇਸ ਮੌਕੇ ਦੇ ਉੱਤੇ, ਜਦੋਂ ਕਿ ਜੋਬਣ ਰੁੱਤ ਦੇ ਉੱਤੇ ਸਾਰਾ ਪ੍ਰਚਾਰ ਚੋਣਾਂ ਦਾ, ਅਕਾਲੀ ਦਲ ਭਾਜਪਾ ਗੱਠਜੋੜ ਨੂੰ ਕੁਝ ਕੁ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ? ਦੇਖੋ, ਇੱਕ ਤਾਂ ਜਿਹੜੀ ਡਿਸਇਨਫੋਰਮੇਸ਼ਨ ਕੈਂਪੇਨ ਕਾਂਗਰਸ ਨੇ ਸ਼ੁਰੂ ਕੀਤੀ, ਖਾਸ ਕਰ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੱਲ੍ਹ ਵੀ ਉਹਨੇ ਕਿਹਾ 70% ਪੰਜਾਬੀ ਯੂਥ ਡਰੱਗਸ 'ਤੇ ਹੈ। ਮੇਰੇ ਖਿਆਲ ਕੋਈ ਆਦਮੀ ਅਨਬੈਲੈਂਸਡ ਮਾਇੰਡ ਦਾ ਹੋਏਗਾ ਉਹ ਇਹੋ ਜਿਹੀ ਗੱਲਾਂ ਕਰ ਸਕਦਾ। ਤੁਸੀਂ ਮੰਨਦੇ ਹੋ ਕਿ 70% ਯੂਥ ਸਾਡਾ ਡਰੱਗਸ 'ਤੇ? ਮੈਂ ਚੈਲੰਜ ਕਰਨਾ ਕਾਂਗਰਸ ਹੀ ਕੋਈ ਵੀ ਪਿੰਡ ਨੇਮ ਕਰ ਦੇਵੇ, ਹੋ ਸਕਦਾ 5%, 4% ਕਿਸੇ ਵਰਸਟ ਪਿੰਡ ਵਿੱਚ ਹੋਏਗਾ ਬਾਰਡਰ ਏਰੀਆ ਵਿੱਚ, ਪਰ ਆਮ ਤੌਰ 'ਤੇ ਤੁਸੀਂ ਜਾਓ, ਮੈਂ ਵੀ ਪਿੰਡਾਂ ਵਿੱਚ ਜਾਂਦਾ, ਮੈਂ ਇਹ ਨਹੀਂ ਕਹਿ ਰਿਹਾ ਕਿ ਡਰੱਗ ਪ੍ਰੋਬਲਮ ਨਹੀਂ ਹੈ, ਡਰੱਗ ਪ੍ਰੋਬਲਮ ਹੈ, ਡਰੱਗ ਪ੍ਰੋਬਲਮ ਸਾਰੇ ਮੁਲਕ ਵਿੱਚ ਅੱਜ ਹੈ। ਪੰਜਾਬ ਕੋਰੀਡੋਰ ਹੈ ਜਿਹੜਾ ਡਰੱਗ ਅਫਗਾਨਿਸਤਾਨ ਤੋਂ ਆਉਂਦਾ ਹੈ ਲਾਹੌਰ, ਲਾਹੌਰ ਤੋਂ ਆਉਂਦਾ ਹੈ ਦਿੱਲੀ, ਉਹਨੇ ਆਉਣਾ ਹੈ ਪੰਜਾਬ ਦੇ ਰਾਹੀਂ, ਉਹਦੇ ਵਿੱਚ ਮੁਨਾਫਾ ਇੰਨਾ ਹੈ, ਉਹ BSF ਨੂੰ ਵੀ ਬਰਾਈਬ ਕਰਦੇ ਨੇ, ਜਿਸ ਵੇਲੇ ਅੱਗੇ ਲੰਘ ਜਾਂਦੀ ਹੈ ਗੱਲ ਸਾਡੀ ਪੁਲਿਸ ਨੂੰ ਵੀ ਕੰਪਰੋਮਾਈਜ਼ ਕਰ ਲੈਂਦੇ ਨੇ। ਸੋ ਹਮੇਸ਼ਾ ਤੁਸੀਂ ਵੇਖੋਗੇ ਜਿੱਥੇ ਜਿੱਥੇ ਡਰੱਗ ਕੋਰੀਡੋਰ ਬਣਦਾ, ਮੈਕਸੀਕੋ ਤੋਂ ਜਿਹੜਾ ਡਰੱਗ ਆਉਂਦਾ ਸੀ ਉਹ ਜਿਹੜਾ ਜਿਹੜਾ ਡਰੱਗ ਕੋਰੀਡੋਰ ਅਮਰੀਕਾ ਦਾ ਸੀ ਉੱਥੇ ਹਮੇਸ਼ਾ ਡਰੱਗ ਦਾ ਇੰਸੀਡੈਂਸ ਜ਼ਿਆਦਾ ਹੁੰਦਾ। ਲੇਕਿਨ ਮੈਂ ਇਹ ਕਹਿਣਾ ਕਿ ਜੀ ਪੰਜਾਬ ਵਿੱਚ ਹੀ ਸਿਰਫ ਡਰੱਗ ਪ੍ਰੋਬਲਮ ਹੈ ਜਾਂ ਇੱਥੇ ਬਹੁਤ ਵੱਡਾ ਡਰੱਗ ਪ੍ਰੋਬਲਮ ਹੈ, ਹੋਰ ਕਿਸੇ ਜਗ੍ਹਾ ਡਰੱਗ ਪ੍ਰੋਬਲਮ ਨਹੀਂ, ਇਹ ਗਲਤ ਹੈ। ਇੱਕ ਮੇਰਾ ਹੋਰ ਸਵਾਲ ਹੈ ਕਿ ਜਿਹੜੀ ਅਕਾਲੀ ਦਲ ਪਾਰਟੀ ਭਾਜਪਾ ਦੇ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਸਿੰਥੈਟਿਕ ਨਸ਼ੇ ਆ ਜਿਹੜੇ ਉਹਨਾਂ ਨੂੰ ਰੋਕਣ ਦੇ ਲਈ ਅਸੀਂ ਬਹੁਤ ਵੱਡੇ ਉੱਦਮ ਕਰ ਰਹੇ ਹਾਂ, ਹੰਭਲੇ ਮਾਰ ਰਹੇ ਹਾਂ, ਪਰ ਪੰਜਾਬ ਦੇ ਵਿੱਚ ਸ਼ਰਾਬ ਦਾ ਨਸ਼ਾ ਵੀ ਕੋਈ ਛੋਟਾ ਨਸ਼ਾ ਨਹੀਂ ਹੈ। ਬਿਹਾਰ ਦੀ ਸਰਕਾਰ ਜੇਕਰ ਸ਼ਰਾਬਬੰਦੀ ਉੱਥੇ ਕਰ ਸਕਦੀ ਹੈ ਤਾਂ ਕੀ ਪੰਜਾਬ ਦੇ ਵਿੱਚ ਵੀ ਕਦੇ ਇਹ ਸੰਭਵ ਹੈ ਜਾਂ ਨਹੀਂ? ਦੇਖੋ, ਇਹ ਤਾਂ ਲੋਕਾਂ ਨੂੰ ਸੋਚਣਾ ਪਏਗਾ, ਇਹ ਤਾਂ ਸੁਸਾਇਟੀ ਨੂੰ ਸੋਚਣਾ ਪਏਗਾ। ਅੱਜ ਸੰਭਵ ਨਹੀਂ, ਕਿਉਂਕਿ ਮੇਰਾ ਨਹੀਂ ਖਿਆਲ ਅੱਜ ਪੰਜਾਬੀ ਇਹਨੂੰ ਐਕਸੈਪਟ ਕਰੇਗਾ। ਲੇਕਿਨ ਮੈਂ ਇਹਦੇ ਖਿਲਾਫ ਹਾਂ, ਜੇ ਅਸੀਂ ਇਹਨੂੰ ਰੋਕ ਸਕਦੇ ਹਾਂ ਤਾਂ ਇਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ। ਠੀਕ ਹੈ, ਸਟੇਟ ਦਾ ਥੋੜ੍ਹਾ ਜਿਹਾ ਰੈਵਨਿਊ ਦਾ ਨੁਕਸਾਨ ਹੋਏਗਾ, ਲੇਕਿਨ ਫਾਇਦਾ ਬਹੁਤ ਜ਼ਿਆਦਾ ਹੋ ਸਕਦਾ। ਮੇਰੇ ਖਿਆਲ ਸੁਸਾਇਟੀ ਨੂੰ ਸੋਚਣਾ ਪਏਗਾ। ਇਹਦੇ ਨਾਲ ਹੀ ਮੈਂ ਡਰੱਗ ਨੂੰ ਜੋੜਨਾ, ਜਿਹੜਾ ਬਾਰ ਬਾਰ ਕਹਿੰਦੇ ਨੇ ਸਰਕਾਰ ਦੀ ਗਲਤੀ ਹੈ ਜੀ ਡਰੱਗ ਕੰਟਰੋਲ ਨਹੀਂ ਹੋਇਆ। ਡਰੱਗ ਦੇ ਦੋ ਪਾਸੇ ਨੇ, ਸਪਲਾਈ ਸਾਈਡ ਅਤੇ ਡਿਮਾਂਡ ਸਾਈਡ। ਦੇਖੋ, ਡਿਮਾਂਡ ਜਿਹੜੀ ਹੁੰਦੀ ਹੈ ਉਹ ਸਰਕਾਰਾਂ ਦਾ ਘੱਟ ਰੋਲ ਹੁੰਦਾ। ਹਾਂ, ਸਰਕਾਰਾਂ ਡਿਮਾਂਡ ਨੂੰ ਕੰਟੇਨ ਕਰਨ ਲਈ ਸਪੋਰਟਸ ਮੂਵਮੈਂਟ ਸ਼ੁਰੂ ਕਰਦੀਆਂ, ਇਸੀ ਕਰਕੇ ਅਸੀਂ ਕਬੱਡੀ ਸ਼ੁਰੂ ਕੀਤੀ ਤਾਂ ਕਿ ਜਿਮਸ ਦੀ ਡਿਮਾਂਡ ਆਈ। ਯੰਗ ਮੈਨ ਜਿਹੜਾ ਹੈਗਾ ਉਹਦੀ ਜਿਹੜੀ ਐਨਰਜੀ ਹੈ ਉਹਨੂੰ ਤੁਸੀਂ ਜੇ ਸਿੱਧੇ ਪਾਸੇ ਚੈਨਲਾਈਜ਼ ਕਰ ਲਓ
तो वह ठीक रहिंदा है। इसी करके असी स्पोर्ट्स मूवमेंट भावें हॉकी क्रिकेट फुटबॉल स्टेडियम बनाए हर जगह किटा दित्तियां। दूजा हुण इंटरनेट असी दे रहे हैं 12 से 12,000 पिंडां विच इंटरनेट अगले 2 महीनों में आ जाएगा। लेकिन देखो इहदे विच सोसाइटी का एक रोल होंदा है, पेरेंट्स का ज़्यादा रोल होंदा है, स्कूल का रोल होंदा है, रिलीजियस इंस्टीट्यूशन का रोल होंदा है। मेरे ख्याल सोसाइटी सानू उत्थे फेल कर गई है, क्योंकि जे साडी आन वाली पीढ़ी नशा वाल जा रही है, कोई भी नशा होवे, भावें वह ड्रग होवे, शराब होवे, कुछ भी होवे, उहदे लई सोसाइटी नू गौर करना पएगा। तो सोसाइटी के जिहड़े मैं कहांगा पिलर्स ने उन्हां नू यंग मैन ते यंग वूमेन दे दे हाथ फड़ने पैणगे, इन्हां नू सही दिशा दिखानी होएगी। गुजराल साहब, जदों 2012 दीआं विधानसभा चोणां सी उदों भी ते उस तों पिछलियां बहुतियां चोणां दे विच भी अकाली दल भाजपा गठजोड़ दा मुकाबला जिहड़ा सिर्फ ते सिर्फ कांग्रेस दे नाल ही सी सिद्धे रूप दे विच। इस बार आम आदमी पार्टी बहुत मजबूत धिर दे रूप दे विच उभरी है, तीजी धिर दे रूप दे विच। किन्नी क वड्डी चुनौती मणदे हो गठजोड़ दे लई आम आदमी पार्टी नू? देखो चुनौती है, लेकिन मैं वेख्या उन्होंने दिल्ली की किया, क्योंकि जिहड़ी पार्टी सिर्फ झूठ के उत्ते निर्धारित होवे हर तरह का झूठ मार देंदे ने, इत्थे आके कह रहे देखो जी असीं दिल्ली कमाल करता है। मैं दिल्ली रहना, दिल्ली बर्बाद इन्होंने करती है पिछले साल डेढ़ साल विच। शीला दीक्षित कांग्रेस की चीफ मिनिस्टर सी, लेकिन अज असीं उन्हूं याद करने आ कि उन्हें किन्ना अच्छा काम किया। यह तो सिर्फ कन्फ्रंटेशन सेंटर नाल, कन्फ्रंटेशन गवर्नर नाल, ते झूठ ते इन्हां दे नुमाइंदे तुसीं देख लो। यह कहिंदे सी असीं साफ सुथरी पार्टी हाँ, हुण इन्हां दा ही जिहड़ा पहले पंजाब दा प्रेजिडेंट सी छोटेपुर, उन्हें इल्जाम लाया कि कितने करोड़ हवाला कर थ्रू पंजाब विच आया, किन्ने करोड़ केजरीवाल दिल्ली लै गया। दिल्ली विच इन्हां दे 11 MLA दे उत्ते पुलिस केस बने हुए ने, कुछ दे उत्ते मैनूं कहना नहीं चाहिए, सैक्स दे केस बने हुए दे, हर तरह के इल्जाम इन्हां दे उत्ते ने। यह गल करते ने साफ सुथरी राजनीति दे, पंजाब दे यूथ नूं एक सब्ज बाग दिखा रहे ने, ते नाल नाल जिहड़ा डेंजर है जिहड़े साडी एक्सट्रीमिस्ट फोर्सिस ने पंजाब विच, उन्हां नाल इन्हां दा बहुत ज़्यादा उठना बैठना है। तुसीं गल कीती है कि पंजाबियों नूं सब्ज बाग दिखा रही है आम आदमी पार्टी, पर पंजाबी जे मैं मालवा खेत्र तक गल सीमित रखा उत्थे वड्डी गिणती दे विच जुड़ चुके आ, इहदा मतलब जिहड़े पंजाबी ने उधरले सारे सब्ज बाग दे पुचलावे दे विच आ गए? बिल्कुल आए ने। एंड मैं साफ कहांगा यूथ विच एक फ्रस्ट्रेशन है, उन्हां नूं नौकरियां नहीं मिलियां, उन्हां नूं जल्दी है, यूथ हमेशा जल्दी विच हुंदा है, वो नहीं है समझ जी इस उन्होंने समझ तो बाहर है कि साढ़े फैक्ट्रियां क्यों नहीं आईया, पंजाब इंडस्ट्रियलाइज क्यों नहीं होया। उदे लिए थोड़ी पेशेंस की लोड़ है, जिस तरह मैं तुम्हें क्या है हूँ बिजली है, इंफ्रास्ट्रक्चर है, लोगों ने आना शुरू करता है, तो मैं यकीन है कि अगले 2-3 सालों में तुम चेंज देखोगे। लेकिन जे आम आदमी जी पार्टी आ गई तो पंजाब बर्बाद हो जाएगा, क्योंकि पंजाब नूं सिर्फ कन्फ्रंटेशन दे राह लैके जाएंगे, इन्हां दा डिवेलपमेंट एजेंडा है ही नहीं। वार वार केजरीवाल होरी कह रहे हैं कि अकाली दल ते कांग्रेस दे आगू आपस दे विच रले होए आ, ये मदद करते ने एक दूजे की लंबे समय तो, ये उन्हां दीआं सीटां नूं बचाउंदे ने, वो इन्हां दीआं नूं बचाउंदे ने। बतौर राजनीतिक शख्सियत तुसीं की मानदे हो इन्हां दोषां दे विच किन्ना क सच हैगा? केजरीवाल की सारी राजनीति झूठ के उत्ते बेस्ड है, सिर्फ झूठ। हिटलर का इनफॉर्मेशन मिनिस्टर होंदा सी गोबल्स, उहदा मन्ना सी एक झूठ नूं तुसीं बार बार कहे जाओ तो शायद लोग उन्हूं बिलीव कर लैंदे ने, इहो केजरीवाल ने पॉलिसी फॉलो की है, झूठ रोज़ मारदा है। हुण कदी कांग्रेस का तो अकाली दल का कदी हो ही नहीं सकता किसी तरह का फैसला। उस कांग्रेस ने जिन्हें साढ़े दरबार साहब के उत्ते हमला किया, 84 के दंगे कराए, कतलेआम करवाया, असी उन्हां नाल कॉम्प्रोमाइज़ कर सकते हैं? किस तरह हो सकता है? बिल्कुल तुहाडी गल सही है जी अपनी थान के उत्ते, पर लगातार सवाल ये भी उठते गुजराल साहब कि जिहड़े साढ़े चोण मैनीफेस्टो ने इन्हां नूं कानून की मदद दे विच शामिल क्यों नहीं किया जाता? ये जिहड़े चोण ऐलाननामे ने बहुती बार इहदे विचों 50% भी पूरे नहीं होंदे, घ्यो की गल भी हो जाती है, आटे दाल की गल भी हो जाती है। हुण केजरीवाल होरां ने तां कहा कि जेकर साडी पार्टी की सरकार आ गई तो पिंड पिंड आम आदमी कंटीन खोल के 5 रुपये दे विच रोटी भी देवांगे। ये जिहड़े सारे चोण मैनीफेस्टो ने बेशक किसी भी पार्टी के, इन्हां विच हकीकत नां दी कोई चीज़ होंदी कि नहीं? देखो हाल ही तक
ਅਸੀਂ ਜੋ ਕੁਛ ਵਾਅਦੇ ਕੀਤੇ ਸੀ ਅਸੀਂ ਪੂਰੇ ਕੀਤੇ, ਭਾਵੇਂ ਪੈਨਸ਼ਨਾਂ ਦੀ ਗੱਲ ਸੀ, ਭਾਵੇਂ ਆਟੇ ਦਾਲ ਦੀ ਗੱਲ ਸੀ, ਭਾਵੇਂ ਹੋਰ ਬਿਜਲੀ, ਅਸੀਂ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਸਰਪਲਸ ਕਰ ਦੇਵਾਂਗੇ, ਇਨਫਰਾਸਟ੍ਰਕਚਰ ਦੀ ਗੱਲ ਕੀਤੀ ਸੀ, ਏਅਰਪੋਰਟਸ ਦੀ ਗੱਲ ਕੀਤੀ ਸੀ, ਲੇਕਿਨ ਤੁਸੀਂ ਠੀਕ ਫਰਮਾਇਆ, ਹੁਣ ਜਿਹੋ ਜਿਹੇ ਪ੍ਰੋਮਿਸਿਸ ਲੋਕ ਕਰ ਰਹੇ ਨੇ, ਜਿਹੋ ਜਿਹੇ ਵਾਅਦੇ ਹੋ ਰਹੇ ਨੇ, ਉਹ ਮੇਰਾ ਨਹੀਂ ਖਿਆਲ ਕੋਈ ਪਾਰਟੀ ਵੀ ਅਚੀਵ ਕਰ ਸਕਦੀ ਹੈ। ਅਤੇ ਇਹ ਤਾਂ ਸਭ ਨੂੰ ਬੈਠ ਕੇ ਸੋਚਣਾ ਪਏਗਾ, ਲੋਕਾਂ ਨੂੰ ਸੋਚਣਾ ਪਏਗਾ। ਪੰਜਾਬ ਦੇ ਸਰ ਗੁਜਰਾਲ ਸਾਹਿਬ ਜੋ ਅੰਕੜੇ ਮਿਲਦੇ ਨੇ ਕਿ ਲਗਭਗ 2.25 ਲੱਖ ਕਰੋੜ ਰੁਪਈਏ ਦਾ ਕਰਜ਼ਾ ਚੜਿਆ ਹੋਇਆ। ਜੇਕਰ ਅਸੀਂ ਲਗਾਤਾਰ ਲੋਕਾਂ ਨਾਲ ਵਾਅਦੇ ਕਰੀ ਜਾਂਦੇ ਹਾਂ ਤਾਂ ਸਾਨੂੰ ਪਹਿਲਾਂ ਤਾਂ ਜਿਹੜਾ ਕਰਜ਼ੇ ਦਾ ਵਿਆਜ ਅਦਾ ਕਰਨ ਦੇ ਲਈ ਹੋਰ ਕਰਜ਼ਾ ਲੈਣਾ ਪੈਂਦਾ, ਕੀ ਪੰਜਾਬ ਹੋਰ ਕਰਜ਼ਾਈ ਨਾ ਹੋ ਜਾਏਗਾ? ਇੱਥੇ ਮੈਂ ਜ਼ਰਾ ਤੁਹਾਨੂੰ ਕਰੈਕਟ ਕਰਾਂਗਾ ਜੀ। ਪਹਿਲਾਂ ਤਾਂ ਕਰਜ਼ਾ ਜਿਹੜਾ ਸਾਡਾ ਹੈਗਾ ਉਹ 1,30,000 ਕਰੋੜ ਦੇ ਆਲੇ ਦੁਆਲੇ ਹੈ ਜੀ, ਕਰਜ਼ਾ ਜ਼ਿਆਦਾ ਹੈ। ਲੇਕਿਨ ਤੁਸੀਂ ਜਿਸ ਵੇਲੇ ਕਰਜ਼ੇ ਦੀ ਗੱਲ ਕਰਦੇ ਹੋ, ਕਰਜ਼ੇ ਨੂੰ ਤੁਸੀਂ ਕਿਸ ਤਰ੍ਹਾਂ ਮੈਜ਼ਰ ਕਰੋਗੇ? ਜੇ ਮੈਂ 100 ਕਰੋੜ ਦਾ ਕਰਜ਼ਾ ਲੈ ਲਵਾਂ ਤਾਂ ਮੈਂ ਪਾਗਲ ਹੋਵਾਂਗਾ, ਜੇ ਮੁਕੇਸ਼ ਅੰਬਾਨੀ 100 ਕਰੋੜ ਦਾ ਕਰਜ਼ਾ ਲਏ ਤਾਂ ਉਹ ਵੀ ਪਾਗਲ ਹੋਏਗਾ। ਕਿਉਂਕਿ ਜਿਹੜਾ ਬੰਦਾ 10,000 ਕਰੋੜ ਦਾ ਕਰਜ਼ਾ ਲੈ ਕੇ ਵੱਡਾ ਬਿਜ਼ਨਸ ਕਰ ਸਕਦਾ ਹੈ, ਵੱਡਾ ਵਪਾਰ ਕਰ ਸਕਦਾ ਹੈ, ਡਿਵੈਲਪਮੈਂਟ ਕਰ ਸਕਦਾ ਹੈ, ਉਹ ਛੋਟਾ ਕਰਜ਼ਾ ਕਿਉਂ ਲਵੇ? ਕਹਿਣ ਦਾ ਭਾਅ ਕਿ ਜੇ ਪੰਜਾਬ ਗਵਰਨਮੈਂਟ ਨੇ ਜਿਹੜਾ ਕਰਜ਼ਾ ਲਿਆ ਉਹਨੂੰ ਤੁਸੀਂ ਕਿਸ ਤਰ੍ਹਾਂ ਮੈਜ਼ਰ ਕਰੋਗੇ? ਕਰਜ਼ੇ ਨੂੰ ਤੁਸੀਂ ਸਟੇਟ ਦੇ ਕਰਜ਼ੇ ਨੂੰ ਮੈਜ਼ਰ ਕਰਦੇ ਹੋ ਐਜ਼ ਏ ਪਰਸੈਂਟੇਜ ਆਫ ਸਟੇਟ GDP। ਜਿਸ ਵੇਲੇ ਅਸੀਂ ਸਰਕਾਰ ਵਿੱਚ ਆਏ ਸੀ ਉਸ ਵੇਲੇ ਕਰਜ਼ਾ ਘੱਟ ਸੀ, ਲੇਕਿਨ ਐਜ਼ ਏ ਪਰਸੈਂਟੇਜ ਆਫ ਸਟੇਟ GDP ਉਸ ਵੇਲੇ ਜ਼ਿਆਦਾ ਸੀ, ਉਹ ਅੱਜ ਉਹ ਘੱਟ ਹੈ, ਕਿਉਂਕਿ ਅਸੀਂ GDP ਵਧਾਈ ਹੈ। ਜਿਸ ਵੇਲੇ ਅਸੀਂ ਆਏ ਸੀ ਪਾਵਰ ਵਿੱਚ ਉਸ ਵੇਲੇ ਸਾਰੇ ਪੰਜਾਬ ਦੀ ਆਮਦਨ 5,200 ਕਰੋੜ ਸੀ, ਅੱਜ ਉਹ 25,000 ਕਰੋੜ ਤੋਂ ਉੱਤੇ ਚਲੀ ਗਈ ਹੈ। ਪਲੈਨ ਫੰਡ ਉਸ ਵੇਲੇ ਪੰਜਾਬ ਦਾ 5,000 ਕਰੋੜ ਤੋਂ ਥੱਲੇ ਸੀ, ਅੱਜ ਉਹ 22,000 ਕਰੋੜ ਦਾ ਹੋ ਗਿਆ। ਦੇਖੋ, ਕਰਜ਼ਾ ਲੈ ਕੇ ਜੇ ਤੁਸੀਂ ਡਿਵੈਲਪਮੈਂਟ ਕਰਦੇ ਹੋ, ਜੇ ਉਹਨੂੰ ਵੇਸਟ ਕਰਦੇ ਹੋ ਤਾਂ ਸਟੇਟ ਬਰਬਾਦ ਹੁੰਦੀ ਹੈ, ਲੇਕਿਨ ਜੇ ਤੁਸੀਂ ਉਹਨੂੰ ਡਿਵੈਲਪਮੈਂਟ ਦੇ ਕੰਮ ਵਿੱਚ ਲਾਉਂਦੇ ਹੋ ਜਿਹਦੇ ਨਾਲ ਹੋਰ ਇਨਕਮ ਜਨਰੇਟ ਹੁੰਦੀ ਹੈ ਤਾਂ ਉਹਦੇ 'ਚ ਕੋਈ ਨੁਕਸਾਨ ਨਹੀਂ। ਜਿਹੜੇ ਚੋਣ ਸਰਵੇਖਣ ਨੇ ਉਹਨਾਂ ਦੇ ਵਿੱਚੋਂ ਕਈ ਇਹੋ ਜਿਹੇ ਵੀ ਆਏ ਗੁਜਰਾਲ ਸਾਹਿਬ ਜਿਹੜੇ ਕਿ ਗੱਠਜੋੜ ਸਰਕਾਰ ਦੇ ਬਹੁਤੇ ਹੱਕ ਦੇ ਵਿੱਚ ਨੇ। ਕਈ ਗੱਠਜੋੜ ਦੇ ਬਾਬਤ ਇਹ ਗੱਲ ਕਹਿੰਦੇ ਨੇ ਕਿ ਇਹਨਾਂ ਨੂੰ ਸੀਟਾਂ ਇੰਨੀਆਂ ਕੁ ਮਿਲਣਗੀਆਂ ਕਿ ਸਰਕਾਰ ਨੂੰ ਬਹੁਮਤ ਨਹੀਂ ਮਿਲੇਗਾ। ਕਈਆਂ ਦੀ ਰਾਏ ਹੈਗੀ ਆ ਜਿਹੜੇ ਸਰਵੇਖਣ ਕਰਦੇ ਨੇ ਕਿ ਫਲਾਣੀ ਪਾਰਟੀ ਦੀ ਸਰਕਾਰ ਆ ਸਕਦੀ ਆ, ਪਰ ਮੈਂ ਕੱਲ੍ਹ ਇੱਕ ਸਰਵੇਖਣ ਪੜ੍ਹ ਰਿਹਾ ਸੀ ਉਹਦੇ ਵਿੱਚ ਕਿਹਾ ਸੀ ਕਿ ਬਹੁਮਤ ਕਿਸੇ ਨੂੰ ਵੀ ਨਹੀਂ ਮਿਲਣਾ ਇੱਥੇ ਆ ਜਿਹੜੀ ਉਹ ਫਿਰ ਦੁਬਾਰਾ ਚੋਣਾਂ ਹੋਣਗੀਆਂ। ਕਿੰਨੀ ਕੁ ਸੱਚਾਈ ਮੰਨਦੇ ਹੋ ਜਿਹੜੇ ਇਸ ਚੋਣ ਸਰਵੇਖਣ ਕੀਤੇ ਜਾਂਦੇ ਆ ਵੱਖ ਵੱਖ ਮੀਡੀਆ ਦੇ ਅੰਗਾਂ ਦੇ ਵੱਲੋਂ? ਹੁਣ ਜਿਹੜੀ ਅਮਰੀਕਾ ਵਿੱਚ ਚੋਣ ਹੋਈ ਹੈ ਉਹਦੇ ਨਾਲ ਇੱਕ ਗੱਲ ਸਾਫ਼ ਹੋ ਗਈ ਹੈ ਕਿ ਜਿਹੜੇ ਸਰਵੇ ਹੁੰਦੇ ਇਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ। ਸਾਰੇ ਸਰਵੇ ਕਹਿ ਰਹੇ ਸੀ ਕਿ ਕਲਿੰਟਨ ਜਿੱਤ ਰਹੀ ਹੈ ਅਤੇ ਟਰੰਪ ਜਿੱਤ ਕੇ ਆ ਗਿਆ, ਸਹੀ, ਅਤੇ ਉੱਥੇ ਤਾਂ ਬੜਾ ਡਿਵੈਲਪਡ ਹੈ ਸਿਸਟਮ, ਸਾਡੇ ਤਾਂ ਉਹਨਾਂ ਸਿਸਟਮ ਡਿਵੈਲਪਡ ਨਹੀਂ ਹੈ। ਦੂਜਾ, ਹਿੰਦੁਸਤਾਨੀ ਵੋਟਰ ਆਮ ਤੌਰ 'ਤੇ ਚੁੱਪ ਰਹਿੰਦਾ, ਉਹ ਕਦੀ ਆਪਣੇ ਮਨ ਦੀ ਦੇ ਅੰਦਰ ਜਿਹੜੀ ਉਹਦੀ ਭਾਵਨਾ ਹੁੰਦੀ ਹੈ ਉਹ ਕਦੀ ਨਹੀਂ ਦੱਸਦਾ ਆਮ ਆਦਮੀ ਨੂੰ ਜਿਹੜਾ ਉਹਨੂੰ ਮਿਲਣ ਆ ਜਾਂਦਾ। ਅਤੇ ਇਸ ਲਈ ਮੈਂ ਜ਼ਿਆਦਾ ਇਹਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਥੋੜ੍ਹਾ ਬਹੁਤ ਤੁਸੀਂ ਟ੍ਰੈਂਡ ਕਹਿ ਸਕਦੇ ਹੋ, ਲੇਕਿਨ ਤੁਸੀਂ ਇਹ ਸੋਚੋ ਕਿ ਜੀ ਜਿਸ ਤਰ੍ਹਾਂ ਉਹ ਪ੍ਰਿਸਾਈਸ ਦੱਸਦੇ ਨੇ ਜੀ ਉਹਨਾਂ ਨੂੰ 48 ਆਣਗੀਆਂ, ਇਹਨਾਂ ਨੂੰ 32 ਆਣਗੀਆਂ, ਇਹਨਾਂ ਨੂੰ 70 ਆਣਗੀਆਂ, ਉਹਦਾ ਮਤਲਬ ਕੋਈ ਨਹੀਂ ਹੁੰਦਾ। ਪਿਛਲੀ ਵਾਰ ਤੁਹਾਨੂੰ ਯਾਦ ਹੋਏਗਾ ਸਾਰੇ ਜਿੰਨੇ ਵੀ ਹੋਏ ਸੀ ਸਰਵੇ ਉਹਨਾਂ ਨੇ ਕਿਹਾ ਸੀ ਅਕਾਲੀ ਦਲ ਭਾਜਪਾ ਹਾਰ ਗਿਆ, ਐਗਜ਼ਿਟ ਪੋਲ ਨੇ ਵੀ ਕਿਹਾ ਕਿ ਅਸੀਂ ਹਾਰ ਗਏ ਹਾਂ, ਉਹਦੇ ਬਾਅਦ ਅਸੀਂ ਇੰਨੀ ਸੀਟਾਂ ਲੈ ਕੇ ਆਏ। ਸੋ ਇਸ ਲਈ ਮੇਰਾ ਵਿਸ਼ਵਾਸ ਇਹਨਾਂ ਸਰਵੇ ਵਿੱਚ ਬਹੁਤ ਘੱਟ ਹੈ। ਗੁਜਰਾਲ ਸਾਹਿਬ, ਤੁਸੀਂ ਜਾਂਦਿਆਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ, ਕਿਉਂਕਿ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਆ ਚੋਣਾਂ ਦਾ ਮਾਹੌਲ ਸਿਖਰ ਦੇ ਉੱਤੇ ਆ, ਕੁਝ ਕੁ ਦਿਨ ਬਾਕੀ ਨੇ ਵੋਟਿੰਗ ਹੋਣ ਦੇ ਵਿੱਚ, ਤੁਸੀਂ ਕੀ ਕਹਿਣਾ ਚਾਹੋਗੇ ਗੱਠਜੋੜ ਸਰਕਾਰ ਦੇ ਬਾਬਤ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਮੇਰੀ ਇੱਕੋ ਅਪੀਲ ਹੈ, ਵੋਟ ਦੇਣ ਤੋਂ ਪਹਿਲੇ ਸੋਚ ਸਮਝ ਕੇ ਵੋਟ ਪਾਓ, ਡਿਵੈਲਪਮੈਂਟ ਨੂੰ ਵੋਟ ਪਾਓ, ਐਸੀ ਸਰਕਾਰ ਨੂੰ ਵੋਟ ਪਾਓ ਜਿਹੜੀ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰ ਰਹੀ ਹੈ, ਜਿਹੜਾ ਉਹ ਵਿਜ਼ਨ ਦਿਖਾ ਰਹੀ ਹੈ ਜਿਹੜਾ ਪੋਸੀਬਲ ਵੀ ਹੈ। ਐਸੀ ਪਾਰਟੀ ਨੂੰ ਵੋਟ ਪਾਓ ਜਿਹੜੀ ਪੰਜਾਬ ਦੀ ਪਾਰਟੀ ਹੈ, ਜਿਹੜੀ ਪੰਜਾਬ ਨਾਲ ਜੁੜੀ ਹੋਈ ਹੈ। ਐਸੀ ਪਾਰਟੀ ਨੂੰ ਵੋਟ ਪਾਓ ਜਿਹੜੀ ਪੰਜਾਬ ਦੀ ਹਿਸਟਰੀ ਨੂੰ, ਸਾਡੀ ਸੱਭਿਅਤਾ ਨੂੰ, ਸਾਡੀ ਕਲਚਰ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਜਿਹੜੇ ਬਾਹਰੋਂ ਲੋਕ ਆਏ ਨੇ ਇਹ ਸਿਰਫ ਧੋਖਾ ਕਰਨ ਆਏ ਨੇ, ਇਹ ਪੰਜਾਬ ਨੂੰ ਬਰਬਾਦ ਕਰ ਦੇਣਗੇ। ਇਸ ਲਈ ਮੈਂ ਇੱਕ ਵਾਰ ਫਿਰ ਹੱਥ ਜੋੜ ਕੇ ਲੋਕਾਂ ਨੂੰ ਇਹ ਬੇਨਤੀ ਕਰਾਂਗਾ, ਵੋਟ ਜ਼ਰੂਰ ਪਾਓ, ਐਸੀ ਪਾਰਟੀ ਨੂੰ ਪਾਓ ਜਿਹੜੀ ਅੱਜ ਤੱਕ ਡਿਵੈਲਪਮੈਂਟ ਕਰਦੀ ਆਈ ਹੈ, ਜਿਨ੍ਹਾਂ ਦੀ ਸੋਚ ਗਰੀਬਾਂ ਨਾਲ ਜੁੜੀ ਹੋਈ ਹੈ,
मैं मनना साढ़े को गलतियां हुई हैं, हर सरकार गलती करती है, हर पार्टी गलती करती है, लेकिन असी उहदे कोलों सिक्ख्या उस उन गलतियां तो असी सिक्ख्या भी बहुत कुछ है। तो मैनूं विश्वास है अगले 5 सालां विच जे सानूं मौका मिलिया असी पंजाब नूं शिखर ते लै जावांगे। गुजराल साहब, सानूं तुहाडी मसरूफियत दा बड़ी शिद्दत दे नाल अहसास है कि तुसीं प्रचार दे विच जुटे हुए हो, तुहाडे बहुत सारे रुझेवे ने, पर तुसीं अजीत वैब टीवी दे स्टूडियो दे विच आए, दर्शकों के नाल गलबात की, तुहाडा असीं बहुत बहुत धन्यवाद करते हैं। बहुत बहुत धन्यवाद जी। दोस्तों, ये सन अकाली दल दे वलों राज्यसभा दे मैंबर श्री नरेश गुजराल जी, जिन्हां ने अकाली दल भाजपा गठजोड़ दीयां प्राप्तियां दे बारे, चुनौतियां दे बाबत, तीजी धिर दे बाबत ते वोटरां नूं किहड़ी गल दा ख्याल रख के वोटां पाउणियां चाहीदियां ने ते कुछ कु होर सवालों के जवाब आ जिहड़े दित्ते ने। उम्मीद है कि तुहानूं इहनां दे नाल कीती हुई ये गलबात पसंद आई होएगी। हुण दिओ सानूं आ गया, तुहाडी बहुत बहुत मेहरबानी।